ਦਿੱਲੀ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਯਾਦਵ ਦੀ ਸੰਗਰੂਰ ਦੇ ਮਲੇਰਕੋਟਲਾ ਚ ਕੁਰਾਨ ਸ਼ਰੀਫ ਦੀ ਹੋਈ ਬੇਅਦਬੀ ਮਾਮਲੇ ਨੂੰ ਲੈ ਕੇ ਸੰਗਰੂਰ ਦੀ ਅਦਾਲਤ ਚ ਪੇਸ਼ੀ ਹੋਈ, ਜਿਸ ਤੋਂ ਬਾਅਦ ਉਹਨਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੇਰੇ ਖਿਲਾਫ ਕੋਈ ਵੀ ਸਬੂਤ ਪੇਸ਼ ਨਹੀਂ ਕੀਤਾ ਜਾ ਸਕਿਆ ਤੇ ਉਹਨਾਂ ਨੂੰ ਪੂਰਾ ਯਕੀਨ ਹੈ ਕਿ ਉਹ ਇਸ ਕੇਸ ਦੇ ਵਿੱਚੋਂ ਬਾਇਜ਼ਤ ਬਰੀ ਹੋਣਗੇ। ਦੂਸਰੇ ਅਕਿਊਜ਼ਡ ਹੈ, ਉਹਨਾਂ ਨੇ ਵੀ ਉਸਕੋ ਕ੍ਰੋਸ ਕੀਆ ਹੈ ਔਰ ਹਮਾਰੀ ਵੀ ਅਭੀ ਕ੍ਰੋਸ ਹਮਾਰਾ ਸਟਾਰਟ ਹੋ ਗਿਆ ਹੈ, ਅਭੀ ਤੱਕ ਪੂਰਾ ਨਹੀਂ ਹੋਇਆ ਹੈ, ਆਫਟਰ ਲੰਚ ਦੁਬਾਰਾ ਸੇ ਲਗੇਗਾ। ਲੇਕਿਨ ਉਸਮੇ ਫਿਰ ਵੀ ਸਾਰੇ ਜਿਸ ਤਰ੍ਹਾਂ ਕੇ ਕੁਸ਼ਚਨਸ ਕੀਏ ਗਏ, ਜਿਸ ਤਰ੍ਹਾਂ ਕੀ ਬਾਤੇਂ ਆਈ, ਉਸਮੇ ਯਹੀ ਆਇਆ ਥਾ ਕਿ ਮੇਰੇ ਖਿਲਾਫ ਮੈਂ ਅਭੀ ਵੀ ਕੋਈ ਐਵੀਡੈਂਸ ਕਿਸੀ ਤਰ੍ਹਾਂ ਕਾ ਨਹੀਂ ਹੈ, ਨਾ ਤੋ ਕੋਲ ਡਿਟੇਲਸ, ਕੋਲ ਹੈ ਤੋ ਕੋਲ ਡਿਟੇਲਸ ਕਾ ਕੋਈ ਡਿਟੇਲ ਨਹੀਂ ਲੀ, ਔਰ ਨਾ ਹੀ ਕੋਈ SMS, ਜੈਸੇ SMS ਕੇ ਲਈ ਉਹਨਾਂ ਨੇ ਕਹਾ ਥਾ ਕਿ ਕੋਲਸ ਔਰ SMS ਥੇ ਤੋ, ਲੇਕਿਨ ਉਸਕਾ ਕੋਈ ਵੀ ਕੰਟੈਂਟਸ ਉਸਕੇ ਅੰਦਰ ਨਹੀਂ ਥਾ, ਤੋ ਐਸੀ ਕੋਈ ਬਾਤ ਅਭੀ ਤੱਕ ਨਿਕਲ ਕੇ ਨਹੀਂ ਆਈ ਜੋ ਮੇਰੇ ਖਿਲਾਫ ਹੋ। ਮੈਂ ਪਹਿਲੇ ਸੇ ਹੀ ਕਹਿਤਾ ਹੁਆ ਆ ਰਹਾ ਹੂੰ ਕਿ ਇੱਕ ਝੂਠਾ ਕੇਸ ਹੈ ਔਰ ਮੇਰੇ ਖਿਲਾਫ ਕੋਈ ਕਿਸੀ ਤਰ੍ਹਾਂ ਦਾ ਕੋਈ ਐਵੀਡੈਂਸ ਵੀ ਇਨਕੇ ਪਾਸ ਨਹੀਂ ਹੈ, ਝੂਠਾ ਮਨ ਗਣਤ ਕਹਾਣੀ ਬਣਾ ਕੇ ਇਹ ਸਾਰਾ ਕੇਸ ਬਣਾਇਆ ਗਿਆ ਹੈ। ਸੰਗਰੂਰ ਤੋਂ ਸਚਿਨ ਤੰਜਸ, ਦੈਨਿਕ ਸੁਰਾ TV।